ਰੁਪਏ ਕਮਾ ਰਿਹਾ। ਇਹ ਸਾਰਾ ਕੁਝ ਜਿਹੜਾ ਮਜ਼ਾਕ ਆ ਉਹ ਦੇ ਕਿਰਤੀਆਂ ਦੇ ਉੱਪਰ ਔਰ ਕਿਸਾਨਾਂ ਦੇ ਉੱਪਰ ਮਜ਼ਦੂਰਾਂ ਦੇ ਉੱਪਰ ਕੀਤਾ ਜਾ ਰਿਹਾ। ਉਸ ਮਜ਼ਾਕ ਨੂੰ ਅਸੀਂ ਧੋਣਾ ਆ। ਮੰਤਰੀਆਂ ਦੀਆਂ ਜਿਹੜੀਆਂ ਤਨਖਾਹਾਂ ਨੇ ਕੋਈ ਪਹਿਲਾਂ ਕੋਈ ਲੱਖ ਲੈਂਦਾ ਸੀ, ਉਹਦੀ 3 ਲੱਖ ਹੋ ਗਈ ਹੈ। ਉਹਨਾਂ ਨੂੰ 3 ਗੁਣਾ ਕੀਤਾ ਤੇ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਉਹਨਾਂ ਨੂੰ ਭਾਗ ਕੀਤਾ ਨੇ। ਜਿਹੜਾ ਮਸਲਾ ਜੀ ਸਾਡਾ, ਜਿਹੜਾ ਸਾਡੇ 17/7/2020 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਭਰਤੀ ਹੋਏ ਆ ਉਹਨਾਂ 'ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਸੈਂਟਰ ਦਾ ਪੇ ਸਕੇਲ ਲਾਗੂ ਕੀਤਾ ਗਿਆ, ਤਾਂ ਜਿਹੜਾ ਸੈਂਟਰ ਦੇ ਪੇ ਸਕੇਲ ਦੇ ਨਾਲ ਆ ਜਿਹੜੀ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ 15-20 ਹਜ਼ਾਰ ਰੁਪਏ ਦਾ ਨੁਕਸਾਨ ਆ, ਤਾਂ ਅਸੀਂ ਅੱਜ ਸਰਕਾਰ ਦੇ ਸਾਹਮਣੇ ਉਹ ਪੇਸ਼ ਕਰਨ ਆਏ ਹਾਂ ਕਿ ਜਿਹੜਾ ਤੁਸੀਂ ਵੋਟਾਂ ਵੇਲੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਵੋਟਾਂ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਪੇ ਸਕੇਲ ਆ ਉਹ ਲਾਗੂ ਕਰਾਂਗੇ, ਤਾਂ 2.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਵੱਲੋਂ ਜਿਹੜਾ ਕੋਈ ਵੀ ਆ ਉਹ ਇਸ 'ਤੇ ਜਿਹੜੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਤਾਂ ਅਸੀਂ ਸਾਰਿਆਂ ਨੂੰ ਅੱਜ ਸਰਕਾਰ ਨੂੰ ਦੱਸਣ ਆਏ ਹਾਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪੰਜਾਬ ਪੇ ਸਕੇਲ ਲਾਗੂ ਨਾ ਕੀਤਾ ਗਿਆ ਤਾਂ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ 13 ਸੀਟਾਂ ਤੋਂ 3 ਸੀਟਾਂ 'ਤੇ ਸਿਮਟ ਕੇ ਰਹਿ ਗਈ ਆ, ਤਾਂ ਜਿਹੜੀਆਂ ਹੁਣ ਜਿਮਣੀ ਚੋਣ ਇਹ ਹੋਣੀ ਆ, ਉਸ ਤੋਂ ਬਾਅਦ ਜਿਹੜੀਆਂ ਜਿਮਣੀ ਚੋਣਾਂ ਹੋਣੀਆਂ ਨੇ 4 ਜਿਮਣੀ ਕੋਣਾ ਪੰਜਾਬ ਦੇ ਵਿੱਚ ਹੋਰ ਆ, ਅਸੀਂ ਉਹਦੇ ਵਿੱਚ ਇੰਨਾ ਪੁਰਜ਼ੋਰ ਜਿਹੜਾ ਡੱਟ ਕੇ ਵਿਰੋਧ ਕਰਾਂਗੇ। ਅਸੀਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ, ਜਿਹੜੀ ਭੰਡਾ ਦੀ ਸਰਕਾਰ ਹੈ ਕਿਤੇ ਨਾ ਕਿਤੇ ਆਪਦੇ ਹੁਣ ਵੀ ਵਾਅਦੇ ਕਰ ਰਹੇ ਨੇ, ਮੰਤਰੀ ਸਾਹਿਬ ਨੇ ਹੁਣ ਕੋਠੀ ਲੈ ਲਈ, 2.5 ਸਾਲ ਪਹਿਲਾਂ ਇਹਨਾਂ ਨੂੰ ਜਲੰਧਰ ਦੇ ਲੋਕਾਂ ਦਾ ਖਿਆਲ ਨਹੀਂ ਆਇਆ, ਜਦੋਂ ਹੁਣ ਇੱਥੇ ਜਿਮਣੀ ਚੋਣ ਆ ਗਈ ਆ ਤਾਂ ਹੁਣ ਜਿਮਣੀ ਚੋਣ ਆਉਣ ਤੋਂ ਬਾਅਦ ਇਹਨਾਂ ਨੇ ਹੁਣ ਕੋਠੀ ਵੀ ਕਿਰਾਏ 'ਤੇ ਲੈ ਲਈ ਅਤੇ ਹੁਣ ਇਹ ਜਿਹੜੇ ਮੰਤਰੀ ਸਾਹਿਬ ਇੱਥੇ ਬਹਿ ਵੀ ਗਏ। ਪਹਿਲਾਂ ਮੰਤਰੀ ਸਾਹਿਬ 2.5 ਸਾਲ ਕਿੱਥੇ ਸੀ, ਉਦੋਂ ਇਹਨਾਂ ਨੂੰ ਦੁਆਬੇ ਦਾ ਖਿਆਲ ਨਹੀਂ ਆਇਆ, ਹੁਣ ਕਹਿ ਰਿਹਾ ਕਿ ਦੁਆਬੇ ਦੇ ਲੋਕਾਂ ਨੂੰ ਅਸੀਂ ਜਿਹੜਾ ਦੁਆਬੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ, ਉਹਨਾਂ ਦੇ ਅਸੀਂ ਹੱਲ ਦੁਆਬੇ ਦੇ ਵਿੱਚ ਜਲੰਧਰ 'ਚ ਹੀ ਕਰਾਂਗੇ। 2.5 ਸਾਲ ਪਹਿਲਾਂ ਜਿਹੜੇ ਲੋਕ ਉੱਥੇ ਜਾਂਦੇ ਰਹੇ ਇਹ ਸਿਰਫ ਇੱਕ ਚੋਣਾਂ ਦਾ ਮੁੱਦਾ। ਦੇਖੋ ਜੀ, ਇੱਕ ਲਹਿਰ ਚੱਲੀ ਸੀ, ਉਸ ਲਹਿਰ ਦੇ ਵਿੱਚ ਵੱਡੇ ਵੱਡੇ ਥੰਮ ਹਿੱਲ ਗਏ, ਸਾਰੇ ਲੋਕਾਂ ਨੇ ਇੱਕ ਬਦਲਾਅ ਦੀ ਉਮੀਦ ਸੀ, ਅਸੀਂ ਵੀ ਉਸ ਬਦਲਾਅ ਨੂੰ ਇੱਕ ਵਾਰੀ ਸਵੀਕਾਰ ਕੀਤਾ ਸੀ, ਇੱਕ ਵਾਰੀ ਬਦਲਾਅ ਚਾਹੀਦਾ, ਪਰ ਜੋ ਬਦਲਾਅ ਹੁਣ ਸਾਡੇ ਸਾਹਮਣੇ ਆਇਆ ਇਹ ਜੋ 92 ਸੀਟਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ 92 ਤੋਂ ਹੋ ਸਕਦਾ 2 ਰਹਿ ਜਾਣ ਜਾਂ 9 ਰਹਿ ਜਾਣ, ਚਾਹੇ ਦੂਆ ਉੱਡ ਜੂ ਜਾਂ ਨਾਇਆ ਉੱਡ ਜੂ, ਤੁਹਾਡੇ ਸਾਹਮਣੇ ਹੋਊਗਾ। ਇੱਕ ਬਦਲਾਅ ਸੀ, ਲੋਕਾਂ ਨੇ ਬਦਲਾਅ ਵੇਖ ਲਿਆ, 2.5 ਸਾਲਾਂ ਵਿੱਚ ਲੋਕਾਂ ਨੇ ਬਦਲਾਅ ਦੀਆਂ ਚੀਕਾਂ ਕਢਾ ਦਿੱਤੀਆਂ।